ਕੈਨੇਡੀਅਨ ਸਾ ਟੀਵੀ ਦੇ ਨਾਲ ਤੁਸੀਂ ਜੁੜੇ ਹੋਏ ਹੋ ਮੈਂ ਹਾਂ ਸ਼ੀਤਲ ਠਾਕੁਰ ਖਬਰਾਂ ਦਾ ਬੁਲੇਟਿਨ ਲੈ ਕੇ ਹਾਜ਼ਰ ਹੋ ਚੁੱਕੀ ਹਾਂ ਹਰ ਰੋਜ਼ੀ ਤਰ੍ਹਾਂ ਆਓ ਇੱਕ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਅੱਜ ਦੀਆਂ ਖਾਸ-ਖਾਸ ਖਬਰਾਂ ਤੇ ਅਮਰੀਕਾ ਦੇ ਵਿੱਚ ਐਲ ਬੂਰਕ ਚ ਵਾਪਰੀ ਚੋਰੀ ਬਾਜ਼ੀ ਦੀ ਘਟਨਾ ਦੇ ਵਿੱਚ 11 ਲੋਕ ਹੋਏ ਜ਼ਖਮੀ ਕਰਜ਼ਈ ਨੇ ਬਾਈਡਨ ਨੂੰ ਅਫਗਾਨ ਫੰਡ ਤੇ ਆਪਣਾ ਫੈਸਲਾ ਵਾਪਸ ਲੈਣ ਦੀ ਕੀਤੀ ਅਪੀਲ ਕੈਨੇਡਾ ਅਮਰੀਕਾ ਸਰਹੱਦ ਤੇ ਵਿਰੋਧ ਪ੍ਰਦਰਸ਼ਨ ਅਜੇ ਵਿਚਾਰੀ ਕੈਨੇਡਾ ਤੋਂ ਆਈ ਮੰਦ ਭਾਗੀ ਖਬਰ ਸੜਕ ਹਾਦਸੇ ਦੇ ਵਿੱਚ ਕਬੱਡੀ ਖਿਡਾਰੀ ਅਮਨ ਟਿੱਬਾ ਦੀ ਹੋਈ ਮੌਤ ਕਾਂਗਰਸ ਨੂੰ ਡੋਬਨ ਦੇ ਲਈ ਕਿਸੇ ਹੋਰ ਦੀ ਲੋੜ ਨਹੀਂ ਰਾਹੁਲ ਪ੍ਰਿਯੰਕਾ ਹੀ ਹਨ ਕਾਫੀ ਸੀਐਮ ਯੋਗੀ ਨੇ ਕਿਹਾ ਕਿਸਾਨਾਂ ਦੇ ਵਿਰੋਧ ਦੇ ਕਾਰਨ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਨਹੀਂ ਕਰਨਗੇ ਹਿਮਾ ਮਾਲਣੀ ਸਾਰੇ ਪ੍ਰੋਗਰਾਮ ਕੀਤੇ ਗਏ ਰੱਦ ਰੇਤ ਮਾਈਨਿੰਗ ਮਾਮਲੇ ਦੇ ਵਿੱਚ ਸੀਐਮ ਚੰਨੀ ਨੂੰ ਰੋਪੜ ਪ੍ਰਸ਼ਾਸਨ ਨੇ ਕੀਤੀ ਕਲੀਨ ਚਿੱਟ ਭਗਵੰਤ ਮਾਨ ਨੇ ਝੂਠੇ ਅੰਕੜੇ ਪੇਸ਼ ਕਰਕੇ ਮੇਰੇ ਅਕਸ ਨੂੰ ਧੁੰਦਲਾ ਕਰਨ ਦੀ ਕੀਤੀ ਕੋਸ਼ਿਸ਼ ਕਿਹਾ ਸੀਐਮ ਚੰਨੀ ਨੇ ਪੀਐਮ મોદી ਦੀ ਰੈਲੀ ਨੂੰ ਲੈ ਕੇ ਜਲੰਧਰ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਚੱਪੇ-ਚੱਪੇ ਤੇ ਫੋਰਸ ਤਾਇਨਾਤ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅੱਜ ਪਾਜਪਾ ਦੇ ਵਿੱਚ ਹੋਣਗੇ ਸ਼ਾਮਲ ਭਾਰਤ ਦੇ ਵਿੱਚ ਕਰੋਨਾ ਦੀ ਰਫਤਾਰ ਮਈ ਮੱਠੀ ਬੀਤੇ 24 ਘੰਟੇ ਦੇ ਵਿੱਚ 34113 ਨਵੇਂ ਮਾਮਲੇ ਆਏ ਸਾਹਮਣੇ ਸੀਐਮ ਚੰਨੀ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਕਿਤੇ ਵੱਡੇ ਐਲਾਨ ਵਿਰੋਧੀਆਂ ਦੇ ਵੀ ਲਾਏ ਰਗੜੇ ਹੁਣ ਖਬਰਾਂ ਵਿਸਥਾਰ ਨਾਲ ਉਦਰ ਅਮਰੀਕਾ ਦੇ ਸੂਬੇ ਨਿਊ ਮੈਕਸੀਕੋ ਦੇ ਸਭ ਤੋਂ ਵੱਡੇ ਸ਼ਹਿਰ ਐਲਬੂਰਕ ਦੇ ਵਿੱਚ ਵਾਪਰੀ ਇੱਕ ਚੋਰੀਬਾਜ਼ੀ ਦੀ ਘਟਨਾ ਦੇ ਵਿੱਚ ਘੱਟੋ-ਘੱਟ 11 ਲੋਕ ਜ਼ਖਮੀ ਹੋ ਗਏ ਨੇ ਐਲਬੁਰਕ ਪੁਲਿਸ ਨੇ ਐਤਵਾਰ ਨੂੰ ਟਵੀਟ ਕੀਤਾ ਕਿ ਪੁਲਿਸ ਅਧਿਕਾਰੀ ਚਾਕੂ ਲੱਗਣ ਦੇ ਨਾਲ 11 ਲੋਕਾਂ ਦੇ ਜ਼ਖਮੀ ਹੋਣ ਦੇ ਸਬੰਧ ਦੇ ਵਿੱਚ ਪੁਰਾਣੇ ਸ਼ਹਿਰ ਤੋਂ ਕੇਂਦਰੀ ਅਤੇ ਵਾਇਓਮਿੰਗ ਤੱਕ 7 ਸਥਾਨਾਂ ਦੀ ਜਾਂਚ ਕਰ ਰਹੇ ਨੇ ਸਾਰੇ ਜ਼ਖਮੀਆਂ ਦੀ ਹਾਲਤ ਨਾਰਮਲ ਹੈ ਘਟਨਾ ਦੇ ਸਬੰਧ ਦੇ ਵਿੱਚ ਇੱਕ ਸ਼ੱਕੀ ਵਿਅਕਤੀ ਨੂੰ ਹਿਰਾਸਤ ਦੇ ਵਿੱਚ ਵੀ ਲੈ ਲਿਆ ਗਿਆ ਐਲਬੁਰਕ ਜਰਨਲ ਨੇ ਐਤਵਾਰ ਨੂੰ ਪੁਲਿਸ ਬੁਲਾਰੇ ਗਿਲਬਰਟ ਗੈਲਗੋਜ਼ ਦੇ ਹਵਾਲੇ ਦੇ ਨਾਲ ਕਿਹਾ ਕਿ ਚੋਰੀਬਾਜ਼ੀ ਦੀ ਘਟਨਾ ਦੇ ਵਿੱਚ ਜ਼ਖਮੀ ਹੋਏ ਘੱਟੋ-ਘੱਟ ਦੋ ਲੋਕਾਂ ਦੇ ਹਾਲਾਤ ਗੰਭ ਸਥਾਨਕ ਕੇਆਰਕਿਊਈ ਚੈਨਲ ਨੇ ਗਲਗੋਜ਼ ਦਾ ਹਵਾਲਾ ਦਿੰਦਿਆਂ ਹੋਇਆ ਕਿਹਾ ਕਿ ਹਮਲਾ ਅਚਾਨਕ ਹੋਇਆ ਜਾਪਦਾ ਹੈ ਇੱਥੇ ਸੈਂਟਰਲ ਤੇ ਇੱਕ ਵਿਅਕਤੀ ਆਇਆ ਤੇ ਉਸ ਨੇ ਦੱਸਿਆ ਕਿ ਉਸ ਨੂੰ ਅਤੇ ਆਪਣੇ ਕੁਝ ਹੋਰਾਂ ਨੂੰ ਚਾਕੂ ਮਾਰਿਆ ਗਿਆ ਕੇਆਰਕਿਊਈ ਨੇ ਅਧਿਕਾਰੀਆਂ ਦੇ ਹਵਾਲੇ ਦੇ ਨਾਲ ਕਿਹਾ ਕਿ ਸ਼ੱਕੀ ਇੱਕ ਬੀਐਮਐਕਸ ਬਾਈਕ ਤੇ ਵੀ ਸੀ ਤੇ ਉਸ ਦੀ ਗ੍ਰਿਫਤਾਰੀ ਦੇ ਸਮੇਂ ਉਸ ਕੋਲ ਇੱਕ ਵੱਡਾ ਚਾਕੂ ਸੀ ਸ਼ੱਕੀ ਨੂੰ ਬਿਨਾਂ ਕਿਸੇ ਪਰੇਸ਼ਾਨੀ ਤੋਂ ਗ੍ਰਿਫਤਾਰ ਵੀ ਕਰ ਲਿਆ ਗਿਆ ਉਧਰ ਅਫਗਾਨਿਸਤਾਨ ਦੇ ਸਾਬਕਾ ਰਾਸ਼ਟਰਪਤੀ ਹਾਮਦ ਕਰਜ਼ਾਈ ਨੇ ਐਤਵਾਰ ਨੂੰ ਮੀ੍ਰਕੀ ਰਾਸ਼ਟਰਪਤੀ ਜੋਬਾਈਡਨ ਨੂੰ ਅਫਗਾਨਿਸਤਾਨ ਫੰਡ ਤੇ ਆਪਣਾ ਫੈਸਲਾ ਵਾਪਸ ਲੈਣ ਦੀ ਅਪੀਲ ਕੀਤੀ ਹੈ ਟੋਲੋ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਕਰਜ਼ਾਈ ਨੇ ਰਾਜਸਥਾਨੀ ਕਾਬੁਲ ਦੇ ਵਿੱਚ ਇੱਕ ਨਿਊਜ਼ ਕਾਨਫਰੰਸ ਦੇ ਵਿੱਚ ਕਿਹਾ ਸੀ ਕਿ ਇਹ ਫੰਡ ਕਿਸੇ ਸਰਕਾਰ ਦਾ ਨਹੀਂ ਸਗੋ ਅਫਗਾਨ ਲੋਕਾਂ ਦਾ ਹੈ ਅਤੇ ਇਸ ਨੂੰ ਅਫਗਾਨਿਸਤਾਨ ਦੇ ਕੇਂਦਰੀ ਬੈਂਕ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ ਕਰਜ਼ਈ ਦੀ ਪ੍ਰਤੀਕਿਰਿਆ ਬਾਈਡਨ ਦੇ ਵੱਲੋਂ ਅਫਗਾਨਿਸਤਾਨ ਦੇ ਵਿੱਚ ਵਾਪਰੀ ਸੰਕਟ ਅਤੇ ਆਰਥਿਕ ਨਸਥਿਤੀ ਦੇ ਨਾਲ ਨਜਿੱਠਣ ਦੇ ਲਈ ਸ਼ੁਕਰਗੁਜ਼ਾਰਨ ਨੂੰ ਇੱਕ ਆਦੇਸ਼ ਜਾਰੀ ਕਰੰਤੋਂ ਬਾਅਦ ਆਈ ਵਾਈਟ ਹਾਊਸ ਦੇ ਅਨੁਸਾਰ ਅਮਰੀਕਾ ਨੇ ਲਗਭਗ 7 ਅਰਬ ਡਾਲਰ ਦੇ ਅਫਗਾਨ ਫੰਡ ਨੂੰ ਦੋ ਹਿੱਸਿਆਂ ਦੇ ਵਿੱਚ ਵੰਡਣ ਦਾ ਫੈਸਲਾ ਕੀਤਾ ਜਿਸ ਦੇ ਵਿੱਚੋਂ ਅੱਧਾ ਅਫਗਾਨਿਸਤਾਨ ਦੇ ਵਿੱਚ ਮਨੁੱਖੀ ਸਹਾਇਤਾ ਦੇ ਲਈ ਦਿੱਤਾ ਜਾਵੇਗਾ ਅਤੇ ਬਾਕੀ ਫੰਡ 911 ਹਮਲਿਆਂ ਦੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੇ ਲਈ ਵਰਤਿਆ ਜਾਵੇਗਾ ਕਰਜ਼ਈ ਨੇ ਕਿਹਾ ਕਿ ਅਮਰੀਕਾ ਵਾਂਗ ਅਫਗਾਨਿਸਤਾਨ ਦੇ ਲੋਕ ਵੀ ਅੱਤਵਾਦ ਦਾ ਸ਼ਿਕਾਰ ਨੇ ਅਫਗਾਨ ਲੋਕਾਂ ਦਾ ਪੈਸਾ 911 ਹਮਲੇ ਦੇ ਪੀੜਤਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਉਸਾਮਾ ਬਿੰਲਾ ਦੇਨ ਨੂੰ ਅਫਗਾਨੀਆਂ ਦੀ ਅਫਗਾਨਿਸਤਾਨ ਨਹੀਂ ਲਿਆਂਦਾ ਸੀ ਸਗੋਂ ਉਹ ਵਿਦੇਸ਼ੀਆਂ ਦੇ ਵੱਲੋਂ ਲਿਆਂਦੇ ਗਏ ਸਨ ਉਹਨਾਂ ਨੇ ਜ਼ੋਰ ਦੇ ਕੇ ਕਿਹਾ ਕਿ ਉਸਾਮਾ ਪਾਕਿਸਤਾਨ ਤੋਂ ਅਫਗਾਨਿਸਤਾਨ ਆਇਆ ਸੀ ਅਤੇ ਵਾਪਸ ਹੀ ਪਰਤ ਗਿਆ ਸੀ ਉੱਥੇ-ਉੱਥੇ ਹੀ ਮਾਰਿਆ ਗਿਆ ਪਰ ਅਫਗਾਨਿਸਤਾਨ ਦੇ ਲੋਕ ਉਸ ਦੀਆਂ ਕਾਰਵਾਈਆਂ ਦੀ ਕੀਮਤ ਚੁਕਾ ਰਹੇ ਨੇ ਕਰਜ਼ਈ ਨੇ ਇਹ ਵੀ ਕਿਹਾ ਕਿ ਜੇਕਰ ਰੋਕੇ ਗਏ ਅਮਰੀਕੀ ਫੰਡ ਜਾਰੀ ਕੀਤੇ ਜਾਂਦੇ ਨੇ ਤਾਂ ਤਾਲਿਬਾਨ ਨੂੰ ਇਸ ਨੂੰ ਖਰਚ ਨਹੀਂ ਨਾ ਚਾਹੀਦਾ ਕਿਉਂਕਿ ਇਹ ਰੋਜ਼ਾਨਾ ਦੇ ਖਰਚਿਆਂ ਦੇ ਲਈ ਨਹੀਂ ਹਨ ਸਗੋਂ ਇਸ ਨੂੰ ਸੁਰੱਖਿਅਤ ਕਰ ਭਵਿੱਖ ਦੀਆਂ ਪੀੜ੍ਹੀਆਂ ਦੇ ਲਈ ਬਚਾ ਕੇ ਰੱਖਣਾ ਚਾਹੀਦਾ ਹੈ ਉਧਰ ਕੋਵਿਡ-19 ਰੋਕੂ ਵੈਕਸੀਨ ਸੰਬੰਧੀ ਹੁਕਮਾਂ ਅਤੇ ਹੋਰ ਪਾਬੰਦੀਆਂ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਨੇ ਸ਼ਨੀਵਾਰ ਨੂੰ ਅਮਰੀਕਾ ਨੂੰ ਕੈਨੇਡਾ ਦੇ ਨਾਲ ਜੋੜਨ ਵਾਲੇ ਇੱਕ ਵੱਡੇ ਸਰਹੱਦੀ ਪੁਲ ਤੋਂ ਆਪਣੇ ਵਾਹਨ ਹਟਾ ਦਿੱਤੇ ਹਾਲਾਂਕਿ ਪੁਲ ਤੱਕ ਪਹੁੰਚ ਅਜੇ ਵੀ ਬੰਦ ਹੈ ਜਦਕਿ ਰਾਸ਼ਟਾਨੇ ਸਮੇਤ ਕਈ ਕੈਨੇਡੀਅਨ ਸ਼ਹਿਰਾਂ ਦੇ ਵਿੱਚ ਪ੍ਰਦਰਸ਼ਨ ਤੇਜ਼ ਹੋ ਰਹੇ ਨੇ ਪੁਲਿਸ ਨੇ ਕਾਹ ਕਿਉਂ ਨਜਾਇਜ਼ ਕਬਜ਼ੇ ਹਟਾਉਣ ਦੇ ਲਈ ਹੋਰ ਅਧਿਕਾਰੀਆਂ ਦੇ ਆਉਣ ਦੀ ਉਡੀਕ ਕਰ ਰਹੀ ਹੈ ਡੈਟਰਾਇਟ ਅਤੇ ਵਿਨਸਰ ਨੂੰ ਜੋੜਨ ਵਾਲੇ ਐਮਬੈਸਡਰ ਬ੍ਰਿਜ ਤੇ ਟਕਰਾਵ ਉਦੋਂ ਥੋੜਾ ਘੱਟ ਹੋਇਆ ਜਦੋਂ ਕੈਨੇਡੀਅਨ ਪੁਲਿਸ ਨੇ ਪ੍ਰ ਰਾਸ਼ਟਰੀ ਕ੍ਰਾਸਿੰਗ ਦੇ ਦਾਖਲੇ ਨੂੰ ਰੋਕਣ ਦੇ ਲਈ ਟਰੱਕਾਂ ਦੀ ਵਰਤੋਂ ਵੀ ਕੀਤੀ ਸੀ ਹਾਲਾਂਕਿ ਪ੍ਰਦਰਸ਼ਨਕਾਰੀ ਨਿਰਲੇਪ ਸਥਾਨ ਤੇ ਇਕੱਠੇ ਹੋ ਗਏ ਤੇ ਸ਼ਨੀਵਾਰ ਦੇਰ ਤੱਕ ਕੈਨੇਡਾ ਜਾਣ ਵਾਲੀ ਸੜਕ ਨੂੰ ਜਾਮ ਕਰ ਦਿੱਤਾ Ottawa ਦੇ ਵਿੱਚ ਪੁਲਿਸ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਦੀ ਗਿਣਤੀ 4000 ਹੋ ਗਈ ਹੈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੇ ਲਈ ਫੌਜ ਬੁલાਏ ਜਾਣ ਦੀ ਮੰਗ ਨੂੰ ਰੱਦ ਕਰ ਦਿੱਤਾ ਤੁਰਦੇ ਦਿਨ ਹਫਤੇ ਨੂੰ ਸ਼ਨੀਵਾਰ ਦੇ ਰਾਤ ਇੱਕ ਬਿਆਨ ਦੇ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਬਾਰਡਰ ਕਰਾਸਿੰਗ ਬੰਦ ਨਹੀਂ ਰਹਿ ਸਕਦੀ ਅਤੇ ਸਾਰੇ ਵਿਕਲਪ ਤੇ ਵਿਚਾਰ ਕੀਤਾ ਗਿਆ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰਕੇ ਪ੍ਰਦਰਸ਼ਨ ਨੂੰ ਗੈਰ ਕਾਨੂੰਨੀ ਕਬਜ਼ਾ ਦੱਸਿਆ ਅਤੇ ਕਿਹਾ ਕਿ ਪ੍ਰਦਰਸ਼ਨਕਾਰੀਆਂ ਨੂੰ ਹਟਾਉਣ ਦੀ ਯੋਜਨਾ ਨੂੰ ਲਾਗੂ ਕਰਨ ਤੋਂ ਪਹਿਲਾਂ ਹੋਰ ਪੁਲਿਸ ਦਲ ਦੇ ਆਉਣ ਦੀ ਉਡੀਕ ਕਰ ਰਹੀ ਹੈ। ਉਧਰ ਕੈਨੇਡਾ ਦੇ ਬ੍ਰੈਮਟਨ ਦੇ ਵਿੱਚ ਰਹਿੰਦੇ ਪੰਜਾਬੀ ਮੂਲ ਦੇ ਕਬੱਡੀ ਖਿਡਾਰੀ ਅਮਨਪ੍ਰੀਤ ਸਿੰਘ ਉਰਫ ਦੀ ਬਾ ਜਨਾ ਦੀ ਉਮਰ ਕੇਵਲ 28 ਸਾਲ ਦੀ ਉਹਨਾਂ ਦੀ ਮੌਤ ਹੋ ਜਾਣ ਦੀ ਸਮਾਚਾਰ ਮਿਲਿਆ ਜਾਣਕਾਰੀ ਦੇ ਮੁਤਾਬਕ ਬੀਤੇ ਸ਼ਨੀਵਾਰ ਦੀ ਸਵੇਰ ਨੂੰ ਕੈਨੇਡਾ ਦੇ ਵਸਾਗਾ ਬੇਸ ਦੇ ਲਾਗੇ ਕਲੀਅਰ 뷰 ਟਾਊਨਸ਼ਿਪ ਦੇ ਹੁਰਨੀਆਂ ਵੈਸ ਦੇ ਅਦੀਨ ਹਾਈਵੇ 26 ਦੇ ਸਥਿਤ ਵਰਕਸ਼ਾਪ ਤੇ ਡੰਪ ਟਰੱਕ ਹੇਠਾਂ ਫਸਣ ਦੇ ਕਾਰਨ ਅਮਰਪ੍ਰੀਤ ਸਿੰਘ ਦੀ ਮੌਕੇ ਦੇ ਉਤੇ ਮੌਤ ਹੋ ਗਈ ਇਸ ਮਾਮਲੇ ਦੀ ਓਟਾਰੀਓ ਪ੍ਰੋਵਿੰਸ਼ੀਅਲ ਪੁਲਿਸ ਅਤੇ ਓਟਾਰੀਓ ਦੀ ਲੇਬਰ ਮਿਨਿਸਟਰੀ ਜਾਂਚ ਕਰ ਰਹੀ ਹੈ ਮ੍ਰਿਤਕ 4 ਸਾਲ ਪਹਿਲਾਂ ਕੈਨੇਡਾ ਦੇ ਵਿੱਚ ਆਇਆ ਸੀ ਖਬਰਾਂ ਦੇ ਮੁਤਾਬਕ ਮ੍ਰਿਤਕ ਨੌਜਵਾਨ ਅਮਰਪ੍ਰੀਤ ਸਿੰਘ ਦਾ ਪਛੋਕਰ ਪੰਜਾਬ ਦੇ ਜ਼ਿਲ੍ਹਾ ਕਪੂਰਤਲਾ ਦੇ ਪਿੰਡ ਟਿੱਬਾ ਦੇ ਨਾਲ ਸੀ ਤੋਂ ਅੰਦਾਜ਼ ਇਹ ਕਿ ਅਮਨਦੀਪ ਕਬੱਡੀ ਦਾ ਇੱਕ ਨਾਮਵਰ ਖਿਡਾਰੀ ਵੀ ਸੀ ਤੇ ਕੈਨੇਡਾ ਦੀ ਟੀਮ ਦੇ ਵੱਲੋਂ ਵੀ ਕਬੱਡੀ ਖੇਡਦਾ ਸੀ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਨੂੰ ਉੱਤਰਾਖੰਡ, ਗੋਆ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਸੌਂਵਾਂ ਨੂੰ ਰਿਕਾਰਡ ਗਿਣਤੀ ਦੇ ਵਿੱਚ voting ਕਰਨ ਦੀ ਅਪੀਲ ਕੀਤੀ। ਗੋਆ ਦੇ ਉੱਤਰਾਖੰਡ ਦੀਆਂ ਸਾਰੀਆਂ ਵਿਧਾਨ ਸਭਾ ਤੇ ਉੱਤਰ ਪ੍ਰਦੇਸ਼ ਦੇ 55 ਚੋਣ ਖੇਤਰਾਂ ਦੇ ਵਿੱਚ voting ਹੋ ਰਹੀ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਇਹ ਦੂਜੇ ਗੇੜ ਦੀ voting ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵੀਟ ਕਰਕੇ ਲੋਕਾਂ ਨੂੰ ਰਿਕਾਰਡ ਗਿਣਤੀ ਦੇ ਵਿੱਚ ਵੋਟਾਂ ਪਾਉਣ ਤੇ ਲੋਕਤੰਤਰ ਦੇ ਉਤਸਵ ਨੂੰ ਮਜ਼ਬੂਤ ਬਣਾਉਣ ਦੀ ਅਪੀਲ ਕੀਤੀ ਹੈ। पीएम ਨੇ ਟਵੀਟ ਕਰਕੇ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਦੌਰ ਦੇ ਨਾਲ ਹੀ ਅਜ ਉੱਤਰਾਖੰਡ ਅਤੇ ਗੋਆ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਦੇ ਲਈ ਵੋਟਿੰਗ ਹੈ ਸਾਰੇ ਵੋਟਰਾਂ ਨੂੰ ਬੇਨਤੀ ਹੈ ਕਿ ਲੋਕਤੰਤਰ ਦੇ ਪਵਿੱਤਰ ਉਤਸਵ ਦੇ ਪਾਕਿਦਾਰ ਬਣਨ ਅਤੇ ਵੋਟਿੰਗ ਦਾ ਨਵਾਂ ਰਿਕਾਰਡ ਵੀ ਬਣਾਉਣ ਯਾਦ ਰੱਖਣ ਕਿ ਪਹਿਲਾ ਵੋਟਿੰਗ ਫਿਰ ਹੋਰ ਕੋਈ ਕੰਮ ਵੋਟਾਂ ਦੀ ਗਿਣਤੀ 10 ਮਾਰਚ ਨੂੰ ਹੋਵੇਗੀ ਉਧਰ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗਯਾ ਦਿਤੀਆ ਨਾਥ ਨੇ ਰਾਹੁਲ ਅਤੇ ਪ੍ਰਿੰਕਾ ਗਾਂਧੀ ਦੇ ਬਾਰੇ ਕੁਝ ਅਜੀਹਾ ਕਿਹਾ ਜਿਸ ਨੇ ਕਾਂਗਰਸ ਨੂੰ ਹਿਲਾ ਕੇ ਰੱਖ ਦਿੱਤਾ। ਇੱਕ ਇੰਟਰਵਿਊ ਦੇ ਵਿੱਚ ਸੀਐਮ ਯੋਗੀ ਨੇ ਆਪਣੀ ਸਰਕਾਰ ਦੀ ਪਿੱਠ ਥਪ-ਥਪਾਈ ਅਤੇ ਕਾਂਗਰਸ ਉੱਤੇ ਤਿੱਖਾ ਨਿਸ਼ਾਨਾ ਸਾਧਿਆ। ਇਸ ਦੌਰਾਨ ਉਹਨਾਂ ਨੇ ਭੈਣ ਭਰਾ ਦੀ ਜੋੜੀ ਤੇ ਵੀ ਛੁਟਕੀ ਲਗਾਈ। ਤੋਂ ਅੰਦਾਜ਼ ਇਹ ਕਿ ਅੱਜ ਯੂਪੀ ਦੇ ਵਿੱਚ ਦੂਜੇ ਪੜਾਅ ਦੇ ਵਿੱਚ ਵੋਟਾਂ ਪੈ ਰਹੀਆਂ ਨੇ ਕਾਂਗਰਸ ਪਾਰਟੀ ਦੇ ਨਾਲ ਜੁੜੇ ਇੱਕ ਸਵਾਲ ਤੇ ਯੋਗਯਾ ਦਿਤੀਆ ਨਾਥ ਨੇ ਕਿਹਾ ਕਿ ਕਾਂਗਰਸ ਨੂੰ ਰੂਪ ਪਰਦੇ ਲਈ ਕਿਸੇ ਹੋਰ ਦੀ ਲੋੜ ਨਹੀਂ ਹੈ ਇਹ ਭੈਣ ਭਰਾ ਹੀ ਕਾਫੀ ਨੇ। ਉਹਨਾਂ ਨੇ ਸਾਡੀ ਸਰਕਾਰ ਦੇ ਵਿੱਚ ਕਾਨੂੰਨ ਵਿਵਸਥਾ ਵੱਲ ਧਿਆਨ ਦਿੱਤਾ ਗਿਆ ਹੈ ਵਿਰੋਧੀ ਪਾਰਟੀਆਂ ਨੂੰ ਸੂਬੇ ਦਾ ਵਿਕਾਸ ਨਜ਼ਰ ਨਹੀਂ ਆ ਰਿਹਾ ਇਸ ਦੇ ਲਈ ਉਹ ਅਰਥਹੀਣ ਬਿਆਨਬਾਜ਼ੀ ਕਰ ਰਹੀ ਨੇ ਸੀਐਮ ਯੋਗਿਆ ਦਿਤੇਨਾਥ ਨੇ ਕਿਹਾ ਕਿ ਅਪਰਾਧ ਕਰਨ ਵਾਲੇ ਹਰ ਵਿਅਕਤੀ ਦੇ ਵਿੱਚ ਕਾਨੂੰਨ ਦਾ ਡਰ ਹੋਣਾ ਚਾਹੀਦਾ ਇਸ ਤੋਂ ਪਹਿਲਾਂ ਯੂਪੀ ਦੇ ਵਿੱਚ ਰਾਜਕਤਾ ਆਪਣੇ ਸਿਖਰ ਤੇ ਸੀ ਪਿਛਲੇ 55 ਸਾਲਾਂ ਦੇ ਵਿੱਚ ਕੋਈ ਦੰਗਾ ਨਹੀਂ ਹੋਇਆ ਵਿਸ਼ਵਾਸ ਦਾ ਆਦਰ ਕੀਤਾ ਜਾਂਦਾ ਤੁਹਾਨੂੰ ਦੱਸ ਦਈਏ ਕਿ ਅੱਜ ਵਿਧਾਨ ਸਭਾ ਚੋਣਾਂ ਦਾ ਦੂਜਾ ਪੜਾਅ ਹੈ ਉੱਤਰ ਪ੍ਰਦੇਸ਼ ਉੱਤਰਾਖੰਡ ਤੇ ਗੋਆ ਦੇ ਵਿੱਚ ਵੋਟਿੰਗ ਚੱਲ ਰਹੀ ਹੈ यूपी ਦੀਆਂ 55 ਵਿਧਾਨ ਸਭਾ ਸੀਟਾਂ ਤੇ VOTING ਹੋ ਰਹੀ ਹੈ ਇਸ ਤੋਂ ਇਲਾਵਾ ਗੋਆ ਤੇ ਉੱਤਰਾਖੰਡ ਦੀਆਂ ਸਾਰੀਆਂ ਵਿਧਾਨ ਸਭਾ ਸੀਟਾਂ ਤੇ ਅੱਜ ਵੋਟਾਂ ਪੈ ਰਹੀਆਂ ਨੇ ਚੋਣਾਂ ਦਾ ਇਹ ਪੜਾ ਸਾਰੀਆਂ ਸਿਆਸੀ ਪਾਰਟੀਆਂ ਦੇ ਲਈ ਅਹਿਮ ਬਹੁਤ ਸਾਰੇ ਸਾਬਕਾ ਸੈਨਿਕ ਆਦਿ ਪ੍ਰੋਸੀਯੋਗਤਾ ਦਾਉਤੀ ਹੈ ਉਧਰ ਪੰਜਾਬ ਚੋਣਾਂ ਦੇ ਵਿੱਚ ਭਾਜਪਾ ਸਮੇਤ ਹੋਰ ਸਹਿਯੋਗੀ ਪਾਰਟੀਆਂ ਦੇ ਉਮੀਦਵਾਰਾਂ ਦੇ ਲਈ ਹੇਮਾ ਮਾਲੀ ਨੇ ਪ੍ਰਚਾਰ ਨਹੀਂ ਕਰੇਗੀ ਉਹਨਾਂ ਦੇ ਸਾਰੇ ਚੋਣ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਨੇ ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਦੇ ਵੱਲੋਂ ਪੰਜਾਬ ਦੇ ਵਿੱਚ ਦਿਓਲ ਪਰਿਵਾਰ ਦੇ ਖਿਲਾਫ ਪ੍ਰਦਰਸ਼ਨ ਕਰਨ ਦੇ ਫੈਸਲੇ ਦੇ ਕਾਰਨ ਉਹਨਾਂ ਦੇ ਪ੍ਰਚਾਰ ਦੇ ਪ੍ਰੋਗਰਾਮ ਰੱਦ ਕਰ ਦਿੱਤੇ ਗਏ ਇਸ ਵਾਰ ਭਾਜਪਾ ਦੇ ਵੱਲੋਂ ਪੰਜਾਬ ਦੇ ਵਿੱਚ ਚੋਣ ਪ੍ਰਚਾਰ ਦੇ ਲਈ 30 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਗਈ ਹੈ ਇਹਨਾਂ ਦੇ ਵਿੱਚੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਕੇਂਦਰੀ ਮੰਤਰੀ ਤੇ ਬਾਲੀਵੁੱਡ ਹਸਤੀਆਂ ਦੇ ਨਾਮ ਸ਼ਾਮਲ ਸਨ ਹੇਮਾ ਮਾਲੀ ਨੇ ਐਤਵਾਨੂ ਪਾਰਟੀ ਮ ਨਾਂ ਨੇ ਸਾਰੇ ਪ੍ਰੋਗਰਾਮ ਰਾਤ ਹੋਣ ਦੀਆਂ ਗੱਲਾਂ ਸਾਹਮਣੇ ਆਈਆਂ ਪਾਰਟੀ ਸੂਤਰਾਂ ਦੇ ਅਨੁਸਾਰ ਉੱਤਰ ਪ੍ਰਦੇਸ਼ ਅਤੇ ਹੋਰ ਰਾਜਾਂ ਦੇ ਵਿੱਚ ਚੋਣ ਪ੍ਰਚਾਰ ਦੇ ਵਿੱਚ ਰੁਝੇ ਹੋਣ ਕਾਰਨ ਉਹਨਾਂ ਦਾ ਪ੍ਰੋਗਰਾਮ ਰਾਤ ਕਰ ਦਿੱਤਾ ਗਿਆ ਕੁਝ ਆਗੂਆਂ ਨੇ ਕਿਹਾ ਕਿ ਉਸ ਦੀ ਮੁਹਿੰਮ ਦੇ ਐਲਾਨ ਤੋਂ ਬਾਅਦ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਸ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਸੀ ਪਾਰਟੀ ਨੇ ਵਿਵਾਦਾਂ ਤੋਂ ਬਚਣ ਦੇ ਲਈ ਚੋਣਾਂ ਤੋਂ ਠੀਕ ਪਹਿਲਾਂ ਆਪਣੇ ਪ੍ਰਚਾਰ ਪ੍ਰੋਗਰਾਮ ਰਾਤ ਕਰ ਦਿੱਤੇ ਕਿਸਾਨ ਜਥੇਬੰਦੀਆਂ ਦੇ ਵਿੱਚ ਇਸ ਗੱਲ ਦਾ ਗੁੱਸਾ ਹੈ ਕਿ ਦੋਵੇਂ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਦੌਰਾਨ ਕਿਸਾਨਾਂ ਬਾਰੇ ਇੱਕ ਵੀ ਬਿਆਨ ਨਹੀਂ ਦਿੱਤਾ ਉਧਰ ਨਜਾਇਜ਼ ਰੇਤ ਮਾਈਨਿੰਗ ਮਾਮਲੇ ਦੇ ਦੋਸ਼ਾਂ ਦੇ ਵਿੱਚ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਨੇ ਚਰਨਜੀਤ ਸਿੰਘ ਚੰਨੀ ਨੂੰ ਕਲੀਨ ਚਿੱਟ ਦਿੱਤੀ ਹੈ। ਜਾਂਚ ਰਿਪੋਰਟ ਦੇ ਵਿੱਚ ਕਿਹਾ ਗਿਆ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੀ ਭੂਮਿਕਾ ਦੇ ਬਾਰੇ ਕੋਈ ਸ਼ਿਕਾਇਤ ਨਹੀਂ ਹੈ। ਆਮ ਆਦਮੀ ਪਾਰਟੀ ਦੇ ਪੰਜਾਬ ਸੈਚ ਇੰਚਾਰਜ ਰਾਘਵ ਝੱਡਾ ਨੇ ਜੋ ਦੋਸ਼ ਲਗਾਏ ਹਨ ਉਹ ਬੇਬੁਨਿਆਦ ਨੇ। ਇਸ ਰਿਪੋਰਟ ਦੇ ਜਨਤਕ ਹੋਣ ਤੋਂ ਬਾਅਦ ਸਿਆਸੀ ਗਲਿਆਰਿਆਂ ਦੇ ਵਿੱਚ ਤਾਂ ਗਰਮੀ ਆਈ ਹੀ ਹੈ। ਖੁਦ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਵੀ ਆਮ ਆਦਮੀ ਪਾਰਟੀ ਦੇ ਹਮਲਾਵਰ ਹੋ ਗਏ ਨੇ। ਕਲੀਨ ਚਿੱਟ ਮਿਲਣ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਰਵਿੰਦ ਕੇਜਰੀਵਾਲ ਨੇ ਤਿੱਖਾ ਹਮਲਾ ਕਰ ਦਿਆ ਕਿ ਆਪ ਦੀ ਸਿਆਸਤ ਸਿਰਫ ਝੂਠ ਤੇ ਟਿੱਕੀ ਹੋਈ ਹੈ ਇਹ ਪਹਿਲਾਂ ਦੂਸਰਿਆਂ ਤੇ ਦੋਸ਼ ਲਗਾ ਕੇ ਉਸ ਦਾ ਅਕਸ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਨੇ ਤੇ ਬਾਅਦ ਵਿੱਚ ਮਾਫੀ ਮੰਗ ਲੈਂਦੇ ਨੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਪ ਨੇ ਉਹਨਾਂ ਦਾ ਅਕਸ ਖਰਾਬ ਕਰਨ ਦੇ ਲਈ ਝੂਠੇ ਦੋਸ਼ ਲਗਾਉਂਦੇ ਹੋਇਆ ਰਾਜਪਾਲ ਬਨਵਾਰੀ لال ਪੁਰੋਹਤ ਦੇ ਕੋਲ ਸ਼ਿਕਾਇਤ ਕਰ ਦਿੱਤੀ ਰਾਜਪਾਲ ਨੇ ਜਾਂਚ ਦੇ ਨਿਰਦੇਸ਼ ਦਿੱਤੇ ਜਿਸ ਦੇ ਵਿੱਚ ਸਾਰੀ ਸੱਚਾਈ ਸਾਹਮਣੇ ਆ ਗਈ ਅਤੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ ਜਾਂਚ ਦੇ ਵਿੱਚ ਸਾਫ਼ ਹੋ ਗਿਆ ਕਿ ਮੁੱਖ ਮੰਤਰੀ ਚੰਨੀ ਜਾਂ ਫਿਰ ਉਸ ਦੇ ਰਿਸ਼ਤੇਦਾਰ ਦਾ ਇਸ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਧਰ ਪੰਜਾਬ ਦੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਨੇ ਆਮ ਆਦਮੀ ਪਾਰਟੀ ਦੇ ਨੇਤਾ ਭਗਵੰਤ ਮਾਨ ਤੇ ਵੱਧਿਆ ਹੋਇਆ ਕਿ ਆ ਕਿ ਉਹਨਾਂ ਨੇ ਮੇਰੀ ਜਾਇਦਾਦ ਨੂੰ ਲੈ ਕੇ ਲੋਕਾਂ ਦੇ ਕੋਲ ਝੂਠੇ ਅੰਕੜੇ ਪੇਸ਼ ਕਰਕੇ ਮੇਰੇ ਅਕਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਐਤਵਾਰ ਨੂੰ ਵੱਖ-ਵੱਖ ਚੋਣ ਜਲਸਾ ਦੇ ਵਿੱਚ ਬੋਲਦਾ ਚੰਨੀ ਨੇ ਕਿਹਾ ਕਿ ਭਗਵੰਤ ਮਾਨ ਸਿਰਫ ਝੂਠੇ ਪ੍ਰਚਾਰ ਤੇ ਨਿਰਭਰ ਕਰਦੇ ਨੇ। ਪਹਿਲਾਂ ਆਮ ਆਦਮੀ ਪਾਰਟੀ ਦੇ ਨੇਤਾ ਮਾਨ ਨੇ ਮੇਰੇ ਤੇ ਦੋਸ਼ ਲਗਾਇਆ ਕਿ ਮੈਂ ਗੈਰ ਕਾਨੂੰਨੀ ਮਾਈਨਿੰਗ ਦਾ ਕਾਰੋਬਾਰ ਕਰਦਾ। ਆ ਪਾਰਟੀ ਦੇ ਆਗੂਆਂ ਨੇ ਪੰਜਾਬ ਦੇ ਰਾਜਪਾਲ ਨੂੰ ਇਸ ਸੰਬੰਧੀ ਸ਼ਿਕਾਇਤ ਵੀ ਸੌਂਪੀ ਜਿਸ ਪਿੱਛੋਂ ਰਾਜਪਾਲ ਨੇ ਇਸ ਨੇ ਕਿਹਾ ਕਿ ਰੋਪੜ ਜ਼ਿਲ੍ਹਾ ਪ੍ਰਸ਼ਾਸਨ ਨੇ ਆਪਣੀ ਰਿਪੋਰਟ ਰਾਜਪਾਲ ਨੂੰ ਸੌਂਪੀ ਉਸ ਦੇ ਵਿੱਚ ਅਧਿਕਾਰੀਆਂ ਨੇ ਜਾਂਚ ਪਿੱਛੋਂ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਮੁੱਖ ਮੰਤਰੀ ਚੰਨੀ ਦਾ ਗੈਰ ਕਾਨੂੰਨੀ ਮਾਈਨਿੰਗ ਦੇ ਵਿੱਚ ਕੋਈ ਹੱਥ ਨਹੀਂ ਹੈ ਚੰਨੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੰਤਵ ਲੋਕਾਂ ਨੂੰ ਪੂਲੇਖੇ ਦੇ ਵਿੱਚ ਪਾਈ ਰੱਖਣਾ ਹੈ ਉਹਨਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਜਵਾਬੀ ਹਮਲਾ ਕਰਦਿਆਂ ਹੋਇਆਂ ਕਿਹਾ ਕਿ ਉਹ ਵੀ ਰਾਗਵ ਚੱड्ढा ਦੀਆਂ ਗੱਲਾਂ ਦੇ ਵਿੱਚ ਆ ਕੇ ਮੇਰੇ ਤੇ ਗੈਰ ਕਾਨੂੰਨੀ ਮਾਈਨਿੰਗ ਦਾ ਦੋਸ਼ ਲਗਾ ਚੁੱਕੇ ਨੇ ਉਹਨਾਂ ਨੂੰ ਇਸ ਦੇ ਲਈ ਮਾਫੀ ਮੰਗਣੀ ਚਾਹੀਦੀ ਹੈ ਚੰਨੀ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਇੱਕ ਡਰਪੋਕ ਅਤੇ ਝੂਠ ਇਸ ਦੇ ਵਿੱਚ ਵੀ ਕੋਈ ਸਚਾਈ ਨਹੀਂ ਨਿਕਲੀ ਉਹਨਾਂ ਰਾਜਪਾਲ ਦੇ ਕੋਲ ਮੇਰੀ ਸ਼ਿਕਾਇਤ ਭੇਜੀ ਜਿਸ ਦੀ ਜਾਂਚ ਹੋਈ ਤੇ ਆਖੀਰ ਸਚਾਈ ਸਾਹਮਣੇ ਆ ਗਈ ਚੰਨੀ ਨੇ ਕਿਹਾ ਕਿ ਅੰਗਰੇਜ਼ ਭਾਰਤ ਨੂੰ ਲੁੱਟਣ ਦੇ ਇਰਾਦੇ ਵਿੱਚ ਆਏ ਸਨ ਇਸੇ ਤਰ੍ਹਾਂ ਕੇਜਰੀਵਾਲ ਅਤੇ ਉਹਨਾਂ ਦੀ ਟੀਮ ਵੀ ਪੰਜਾਬ ਦਾ ਪੈਸਾ ਲੁੱਟ ਕੇ ਹੋਰਨਾਂ ਸੂਬਿਆਂ ਦੇ ਵਿੱਚ ਲਾਉਣਗੇ ਪਰ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਉਸ ਦੀ ਸਹੀ ਸਥਿਤੀ ਦਿਖਾ ਦੇਣਗੇ ਉਹਨਾਂ ਨੇ ਇਸ ਤੋਂ ਪਹਿਲਾਂ ਮੁਗਲਾਂ ਅਤੇ ਬਰਤਾਨਵੀ ਹਕਮਰਾਨਾਂ ਨੂੰ ਵੀ ਉਹਨਾਂ ਦੀ ਸਥਿਤੀ ਦਿਖਾ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਮੈਂ ਆਪਣੀ ਆਮਦਨ ਕਰ ਰਿਟਰਨ ਦੇ ਵਿੱਚ ਆਪਣੀ ਜਾਇਦਾਦ ਦੇ ਜੋ ਅੰਕੜੇ ਦਿੱਤੇ ਸਨ ਭਗਵੰਤ ਮਾਨ ਨੇ ਤਾਂ ਉਸ ਦੇ ਵਿੱਚ 100 ਕਰੋੜ ਤੋਂ ਜਿਸ ਵਿਅਕਤੀ ਨੂੰ ਆਮਦਨ ਘਾਟਾ ਰਿਟਰਨ ਪੜ੍ਹਨੀ ਨਹੀਂ ਆਉਂਦੀ ਉਹ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਰਾਜ ਕਰੇਗਾ ਉਧਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਮਦ ਨੂੰ ਲਖੇਸ਼ ਜਲੰਧਰ ਸ਼ਹਿਰ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕਰ ਦਿੱਤੇ ਗਏ ਤੇ ਚੱਪੇ-ਚੱਪੇ ਤੇ ਪੁਲਿਸ ਫੋਰਸ ਤਾਇਨਾਤ ਕਰ ਦਿੱਤੀ ਗਈ। ਸੁਰੱਖਿਆ ਏਜੰਸੀਆਂ ਦੇ ਕਈ ਅਧਿਕਾਰੀ ਪਹੁੰਚ ਚੁੱਕੇ ਨੇ। ਇਸ ਦੌਰਾਨ ਪੀਏਪ ਵਿਖੇ ਦੇ ਵਾਲੇ ਕਈ ਰਸਤੇ ਸੀਲ ਕਰ ਦਿੱਤੇ ਗਏ। 14 ਫਰਵਰੀ ਯਾਨੀ ਕਿ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੋਣ ਪ੍ਰਚਾਰ ਦੇ ਲਈ ਪਹਿਲੀ ਰੈਲੀ ਨੂੰ ਸੰਬੋਧਨ ਕਰਨ ਦੇ ਲਈ ਜਲੰਧਰ ਦੀ ਪੀਏਪ ਗਰਾਊਂਡ ਦੇ ਵਿੱਚ ਪਹੁੰਚ ਰਹੇ ਨੇ। ਇਸੇ ਕਾਰਨ ਪੁਲਿਸ ਕਮਿਸ਼ਨਰ ਨੌ ਨਿਹਾਲ ਸਿੰਘ ਨੇ ਕਮਿਸ਼ਨਰ ਪੁਲਿਸ ਦੇ ਕਈ ਅਧਿਕਾਰੀਆਂ ਤੇ ਡਿਪਟੀ ਐ ਤੁਹਾਨੂੰ ਦੌਰਾ ਕੀਤਾ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਸਖਤ ਸੁਰੱਖਿਆ ਪ੍ਰਬੰਧ ਕਰਨ ਦੇ ਹੁਕਮ ਵੀ ਜਾਰੀ ਕੀਤੇ ਉਤਤ ਹੀ ਪ੍ਰਧਾਨ ਮੰਤਰੀ ਦੀ ਆਮਦ ਦੇ ਮੱਦੇਨਜ਼ਰ ਪੰਜਾਬ ਦੇ ਡੀਜੀਪੀ ਸਮੇਤ ਪੰਜਾਬ ਪੁਲਿਸ ਦੇ ਕਈ ਵੱਡੇ ਅਧਿਕਾਰੀ ਵਿਭਾਰਿਕ ਪੁਲਿਸ ਫੋਰਸ ਸਮੇਤ ਸ਼ਹਿਰ ਦੇ ਵਿੱਚ ਪਹੁੰਚ ਚੁੱਕੇ ਨੇ ਪ੍ਰਧਾਨ ਮੰਤਰੀ ਦੀ ਰੈਲੀ ਦੇ ਦੀ ਦੂਜੇ ਸੂਬਿਆਂ ਤੋਂ ਵੀ ਪੁਲਿਸ ਫੋਰਸ ਨੂੰ ਬੁਲਾਇਆ ਗਿਆ ਜਿਸ ਦੇ ਵਿੱਚ ਪੈਰਾ ਮਿਲਟਰੀ ਸੀਆਰਪੀਐਫ ਅਤੇ ਬੀਐਸਐਫ ਦੇ ਜਵਾਨ ਅਤੇ ਕਮਾਂਡੋ ਦਸਤੇ ਨੂੰ ਵੀ ਕਈ ਥਾਵਾਂ ਤੇ ਤਾਇਨਾਤ ਕੀਤਾ ਗਿਆ ਸੂਤਰਾਂ ਦੇ ਮੁਤਾਬਕ ਪ੍ਰਧਾਨ ਮੰਤਰੀ 14 ਫਰਵਰੀ ਨੂੰ ਆਦਮਪੁਰ ਦੇ 에ਅਰਪੋਰਟ ਤੇ ਲੈਂਡ ਕਰਨਗੇ ਸੁਰੱਖਿਆ ਦੇ ਮੱਦੇ ਸੁਰੱਖਿਆ ਅਧਿਕਾਰੀਆਂ ਦੇ ਵੱਲੋਂ ਰਿਹਰਸਲ ਵੀ ਕੀਤੀ ਗਈ ਕਮਿਸ਼ਨਰਟ ਪੁਲਿਸ ਅਤੇ ਦਿਹਾਤੀ ਪੁਲਿਸ ਦੇ ਜਵਾਨਾਂ ਨੂੰ ਆਦਮਪੁਰ ਤੋਂ ਲੈ ਕੇ ਰੈਲੀ ਵਾਲੇ ਥਾਂ ਤੱਕ ਸੁਰੱਖਿਆ ਦੇ ਮੱਦੇਨਜ਼ਰ ਲਗਾਇਆ ਗਿਆ ਪੀਪੀ ਦੇ ਵਿੱਚ ਪ੍ਰਧਾਨ ਮੰਤਰੀ ਦੀ ਆਮਦ ਦੇ ਕਾਰਨ ਸਾਰਾ ਟ੍ਰੈਫਿਕ ਰੂਟ ਵੀ ਡਾਇਵਰਟ ਕੀਤਾ ਗਿਆ ਤੇ ਚਾਰੇ ਪਾਸਿਓਂ ਪੀਪੀ ਗਰਾਊਂਡ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਸੁਰੱਖਿਆ ਕਰਮਚਾਰੀਆਂ ਨੂੰ ਤਾਇਨਾਤ ਕੀਤਾ ਗਿਆ ਤੇ ਪੀਪੀ ਗਰਾਊਂਡ ਵੱਲ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਸੁਰੱਖਿਆ ਏਜੰਸੀਆਂ ਤੇ ਪੰਜਾਬ ਪੁਲਿਸ ਦੇ ਅਧਿਕਾਰੀਆਂ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਕਈ ਥਾਵਾਂ ਤੇ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਨੇ ਸ਼ਹਿਰ ਦੇ ਵਿੱਚਕਾਰ ਨੋ ਸ਼ਹਿਰ ਦੇ ਵਿੱਚ 24 ਘੰਟੇ ਪੈਟਰੋਲਿੰਗ ਕਰਨ ਦੇ ਨਾਲ ਨਾਲ ਸ਼ੱਕੀ ਲੋਕਾਂ ਦੇ ਨਜ਼ਰ ਰੱਖਣ ਦੇ ਹੁਕਮ ਵੀ ਜਾਰੀ ਕੀਤੇ ਗਏ ਨੇ ਪੰਜਾਬ ਦੇ ਡੀਜੀਪੀ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਪੁਲਿਸ ਕਮਿਸ਼ਨਰ ਨੌਨਿਹਾਲ ਸਿੰਘ ਅਤੇ ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਦਿਨ ਰਾਤ ਸਖਤ ਮਿਹਨਤ ਦੇ ਨਾਲ ਸੁਰੱਖਿਆ ਪ੍ਰਬੰਧਾਂ ਦੀਆਂ ਤਿਆਰੀਆਂ ਦੇ ਵਿੱਚ ਰੁੱਝੇ ਹੋਏ ਨੇ ਉਧਰ ਪੰਜਾਬ ਰਾਜਵਹੀਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਅਜੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਇਸ ਗੱਲ ਦੀ ਪੁਸ਼ਟੀ ਮਨੀਸ਼ਾ ਗੁਲਾਟੀ ਦੇ ਦਫ਼ਤਰ ਦੇ ਵੱਲੋਂ ਕੀਤੀ ਗਈ ਹੈ। ਉਹਨਾਂ ਨੇ ਟਵੀਟ ਕਰਕੇ ਪੰਜਾਬ ਚੋਣਾਂ 2022 ਪੰਜਾਬ ਪੋਲਿਟਿਕਸ ਹੈਸ਼ਟੈਗ ਪਾਇਆ ਹੈ। ਇਸ ਨਾਲ ਹੀ ਸ਼ਾਇਰਾਨਾ ਅੰਦਾਜ਼ ਦੇ ਵਿੱਚ ਇਸ਼ਾਰਾ ਵੀ ਦਿੱਤਾ ਹੈ ਕਿ ਕੁੱਟਣ ਵਾਲੀ ਸਿਆਸਤ ਦੇ ਵਿੱਚ ਹੁਣ ਨਵੀਂ ਸ਼ੁਰੂਆਤ ਹੋਵੇਗੀ ਜਿਸ ਦੇ ਵਿੱਚ ਮਨੀਸ਼ਾ ਦੀ ਆਵਾਜ਼ ਖੁੱਲ ਕੇ ਗੂੰਜੇਗੀ। ਪੰਜਾਬ ਦੀ ਸਿਆਸਤ ਦੇ ਵਿੱਚ ਮਨੀਸ਼ਾ ਗੁਲਾਟੀ ਦੀ ਸ਼ਮੂਲੀਅਤ ਉਸ ਵੇਲੇ ਹੋਣ ਜਾ ਰਹੀ ਹੈ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਜਲੰਧਰ ਦੇ ਵਿੱਚ ਵਰਟੀਟਾਈ ਈ ਮਸ਼ਹੂਰ ਹਸਤੀਆਂ ਸਿਆਸਤ ਵਿੱਚ ਸ਼ਾਮਲ ਹੋਈਆਂ ਨੇ ਤੇ ਕੁਝ ਪਾਰਟੀਆਂ ਦੇ ਲਈ ਪ੍ਰਚਾਰ ਕਰ ਰਹੀਆਂ ਨੇ ਉਧਰ ਪਾਰੇ ਦੇ ਵਿੱਚ ਕਰੋਨਾ ਦੇ ਮਾਮਲੇ ਦਿਨ ਪਤੀ ਦਿਨ ਘਟਦੇ ਜਾ ਰਹੇ ਨੇ ਸੋਮਵਾਰ ਨੂੰ ਕਰੋਨਾ ਦੇ 34113 ਨਵੇਂ ਮਾਮਲੇ ਸਾਹਮਣੇ ਆਏ ਜਿਸ ਦੇ ਨਾਲ ਸੰਕਰਮਣ ਦੀ ਕੁੱਲ ਗਿਣਤੀ 4 ਕਰੋੜ 26 ਲੱਖ 65534 ਹੋ ਗਈ ਹੈ ਜਦਕਿ ਕਰੀਬ 37 ਦਿਨਾਂ ਬਾਅਦ ਇਲਾਜ ਦੇ ਅਧੀਨ ਮਰੀਜ਼ਾਂ ਦੀ ਗਿਣਤੀ ਘਟ ਕੇ 5 ਲੱਖ ਤੋਂ ਵੀ ਘੱਟ ਹੋ ਗਈ ਹੈ ਕੇਂਦਰੀ ਸਿਹਤ ਮੰਤralੇ ਦੇ ਵੱਲੋਂ جاری ਅੰਕੜਿਆਂ ਦੇ ਅਨੁਸਾਰ ਕਰੋਨਾ ਦੇ ਰੋਜ਼ਾਨਾ ਮਾਮਲੇ ਲਗਾਤਾਰ 8ਵੇਂ ਦਿਨ 1 ਲੱਖ ਤੋਂ ਘਟਨੇ ਇਸ ਬਿਮਾਰੀ ਦੇ ਨਾਲ 346 ਹੋਰ ਮਰੀਜ਼ਾਂ ਦੀ ਮੌਤ ਹੋ ਜਾਣ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵਧ ਕੇ 5 ਲੱਖ 9111 ਹੋ ਚੁੱਕੀ ਹੈ ਮੰਤਰਾਲੇ ਨੇ ਇਹ ਵੀ ਦੱਸਿਆ ਕਿ ਇਲਾ ਮਰੀਜ਼ਾਂ ਦੀ ਗਿਣਤੀ ਘਟ ਕੇ 478882 ਰਹਿ ਗਈ ਹੈ ਜੋ ਕਿ ਸੰਕਰਮਣ ਦੇ ਕੁੱਲ ਮਾਮਲਿਆਂ ਦਾ 1.12 ਫੀਸਦੀ ਹੈ ਕਰੋਨਾ ਦੇ ਨਾਲ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.68 ਫੀਸਦੀ ਤੇ ਪਹੁੰਚ ਗਈ ਹੈ ਬੀਤੇ 24 ਘੰਟਿਆਂ ਦੇ ਵਿੱਚ ਕਰੋਨਾ ਦਾ ਇਲਾਜ ਕਰਵਾ ਰਹੇ ਮਰੀਜ਼ਾਂ ਦੀ ਗਿਣਤੀ 58.163 ਮਾਮਲੇ ਦੀ ਕਮੀ ਦਰਜ ਕੀਤੀ ਗਈ ਹੈ ਅੰਕੜਿਆਂ ਦੇ ਅਨੁਸਾਰ ਸੰਕਰਮਣ ਦੀ ਰੋਜ਼ਾਨਾ ਦਰ 3.19% ਦੀ ਹੈ ਹਫਤਾਵਾਰ ਸੰਕਰਮਣ ਦਰ 3.99% ਦੀ ਹੈ ਇਸ ਰੋਗ ਦੇ ਨਾਲ ਸਿਹਤਮੰਦ ਹੋਣ ਵਾਲੇ ਲੋਕਾਂ ਦੀ ਗਿਣਤੀ 4 ਕਰੋੜ 16 ਲੱਖ 70 ਹਜ਼ਾਰ 641 ਹੋ ਚੁੱਕੀ ਹੈ ਮੌਤ ਦਰ 1.19% ਦੀ ਤੇ ਦਰਜ ਕੀਤੀ ਗਈ ਹੈ ਦੇਸ਼ ਵਿਆਪੀ ਕਰੋਨਾ ਰੋਕੂ ਟਿਕਾਕਰਨ ਮੁਹਿੰਮ ਦੇ ਦਿਨੋਂ ਤੱਕ 172.95 ਕਰੋੜ ਤੋਂ ਵੀ ਵੱਧ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਨੇ ਉਧਰ ਪੰਜਾਬ ਦੇ ਮੁੱਖ ਮੰਤਰੀ ਚੰਜੀਤ ਸਿੰਘ ਚੰਨੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਵਿਰੋਧੀ ਪਾਰਟੀਆਂ ਤੇ ਰਗੜੇ ਲਗਾਏ ਗਏ ਅਤੇ ਉਹਨਾਂ ਨੇ ਆਮ ਆਦਮੀ ਪਾਰਟੀ ਤੇ ਵਾਰਦियां ਕਿਹਾ ਕਿ ਆਮ ਆਦਮੀ ਪਾਰਟੀ ਵਾਲੇ ਪੰਜਾਬ ਦੇ ਵਿੱਚ ਆ ਕੇ ਸਿਰਫ ਝੂਠ ਬੋਲਦੇ ਨੇ ਇਹਨਾਂ ਦਾ ਮਕਸਦ ਸਿਰਫ ਪੰਜਾਬ ਨੂੰ ਲੁੱਟਣਾ ਹੈ ਉਹਨਾਂ ਨੇ ਕਿਹਾ ਕਿ ਇਹ ਬਦਲਾਵ ਦੀ ਗੱਲ ਕਰਦੇ ਨਹੀਂ ਪਰ ਆਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ 117ਵੇਂ ਉਮੀਦਵਾਰਾਂ ਦੇ ਵਿੱਚੋਂ ਬਹੁਤਿਆ ਤੇ ਤਾ ਪਰਚੇ ਦਰਜ ਨੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਆਕਾਲੀ ਦਲ ਦੇ 60 ਦੇ ਕਰੀਬ ਉਮੀਦਵਾਰਾਂ ਤੇ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਨੇ ਜਦੋਂ ਕਿ ਇਸ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਦ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਇਹਨਾਂ ਦੋਹਾਂ ਪਾਰਟੀਆਂ ਦੇ ਬਹੁਤੇ ਉਮੀਦਵਾਰ ਦੂਜੀਆਂ ਪਾਰਟੀਆਂ ਦੇ ਵਿੱਚੋਂ ਆਏ ਨੇ ਮੁੱਖ ਮੰਤਰੀ ਚੰਨੀ ਨੇ ਭਗਵੰਤ ਮਾਨ ਦੇ ਨਿਸ਼ਾਨਾ ਬਿੰਦਿਆ ਹੋਇਆ ਕਿਹਾ ਕਿ ਭਗਵੰਤ ਮਾਨ ਘਟਪੜੇ ਲਿਖੇ ਨੇ ਜਿਸ ਦਾ ਫਾਇਦਾ ਅਰਵਿੰਦ ਕੇਜਰੀਵਾਲ ਚੁੱਕ ਰਹੇ ਨੇ ਇਸ ਨਾਲ ਹੀ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇਹ ਨਹੀਂ ਆਪਣੀ ਦੋਸ਼ੀ ਤਨਉ ਦਿਓ ਇਜਾਜ਼ਤ ਹੈ ਤੁਸੀਂ ਜੁੜੇ ਰਹੋ ਕੈਨੇਡੀਅਨ ਸਾਥ ਦੇ ਨਾਲ